ਨਸ਼ਹਿਰਾ ਸਾਂਸੀ ਨਹੀਂ ਹੈ ਬਾਦੀ ਕੰਡੇ ਵਾਲੇ ਬਾਜ਼ਾਰ ਦੇ ਵਿੱਚੋਂ ਇਹ ਬੱਚੇ ਚੁੱਕਣ ਵਾਲਾ ਫੜਿਆ ਗਿਆ ਠੀਕ ਹੈ ਕੀ ਨਾਮ ਹੈ ਤੇਰਾ ਅਮਰ ਅਲੀ ਕਿੱਥੋਂ ਦਾ ਰਹਿਣ ਵਾਲਾ ਅਹਿਮਦਾਬਾਦ ਅਹਿਮਦਾਬਾਦ ਅੱਛਾ ਇੱਥੇ ਕੀ ਲੈਣਾ ਹੈ ਜੀ ਇੱਥੇ ਕੰਮ ਕਰਨ ਵਾਸਤੇ ਕਾਰਾ ਕੰਮ ਕਰਨ ਵਾਸਤੇ ਕੱਲ ਮੈਂ ਮਿਸਤਰੀਆਂ ਮਗਰ ਗਿਆ ਹਾਂ ਅੱਛਾ ਅਹਿਮਦਾ ਨਗਰੋਂ ਇੱਥੇ ਆਇਆ ਕੰਮ ਕਰਨ ਵਾਸਤੇ ਜੀ ਹੈ ਅਰੇ ਹੋੜੀਆਂ ਕਰ ਵਾਸਤੇ ਪੜੀਆਂ ਨਹੀਂ ਭਰਾ ਮੇਰਾ ਮੈਂ ਵੇਚਣ ਵਾਸਤੇ ਫੜੀਆਂ ਹੈ ਬਾਗ ਨੇ ਚੁੱਕੇ ਨਹੀਂ ਪਹਿਲੇ ਤੂੰ ਕਹਿੰਦਾ ਪਿਆ ਮੈਂ ਬੱਚੇ ਚੁੱਕਣ ਆਇਆ ਕਿੰਨੇ ਬੱਚੇ ਜਿਹੜੀ ਗੱਲ ਹੈ ਨਾ ਉਹ ਸਹੀ ਦੱਸ ਕਿੰਨੇ ਬੱਚੇ ਚੁੱਕੇ ਨਹੀਂ ਹੁਣ ਤੱਕ ਹੰਦੀ ਲੋਲ ਲੈਣੀ ਤਿੰਨ ਬੱਚੇ ਚੁੱਕੇ ਨੇ ਕਿੰਨੇ ਦਾ ਵੇਚਿਆ ਹੈ ਮੈਂ ਕਮਿਸ਼ਨ ਤੇ ਕਿੰਨੀ ਕਮਿਸ਼ਨ ਲੈਣਾ 15000 15000 ਰੁਪਏ ਦੇਣਾ ਕਿਨੂੰ ਮੈਂ ਇੱਥੇ ਗੁਜਰਾਲੇ ਹੈ ਗੁਜਰਾਲੇ ਦਾ ਬੰਦਾ ਦੱਸ ਦੇ ਗੁਜਰਾਲੇ ਜੇ ਕਿਸ ਬੰਦੇ ਨੂੰ ਦੇਣਾ ਤੂੰ ਨਹੀਂ ਮੈਂ ਲਾਹੌਰ ਦੇ ਲਾਹੌਰ ਕਿਸ ਬੰਦੇ ਨੂੰ ਦੇਣਾ ਇੱਥੇ ਗੁਜਰਾਲੇ ਦਾ ਵੀ ਬੰਦਾ ਹੈ ਦੇਖੀ ਗੁਜਰਾਲੇ ਦਾ ਬੰਦਾ ਉਹਦਾ ਨਾਂ ਕੀ ਹੈ ਅਰਸ਼ਾਦ ਅਰਸ਼ਾਦ ਉਹ ਕਿੱਥੇ ਰਹਿੰਦਾ ਹੈ ਉੱਥੇ ਆਪਣਾ ਭਰਾ ਹੈ ਕਿੱਥੇ ਰਹਿੰਦਾ ਹੈ ਆਹੋ ਮਸਜਿਦ ਦੇ ਲਾਗੇ ਘਰ ਕਿਹੜੀ ਮਸਜਿਦ ਇੱਥੇ ਛੋਟਾ ਗੁਜਰਾਲਾ ਕਿਹੜੀ ਮਸਜਿਦ ਦੇ ਲਾਗੇ ਘਰ ਰਹਿਮਾਨੀ ਉਧਰ ਬਾਹਰ ਹੀ ਲਾਓ ਇਹਨੂੰ ਉਹ ਰਹਿਮਾਨੀ ਮਸਜਿਦ ਕਿਹੜੀ ਮਸਜਿਦ ਹੈ ਪੁੱਤਰ ਦੱਸ ਮੈਨੂੰ ਜ਼ਰਾ ਕਿੱਥੇ ਵੇ ਮਸਜਿਦ ਤੈਨੂੰ ਕੁਝ ਨਹੀਂ ਕਹਿੰਦਾ ਕੋਈ ਦੱਸ ਮਸਜਿਦ ਕਿੱਥੇ ਆਹੋ ਕਿਹੜੀ ਜਗ੍ਹਾ ਤੇ ਬੱਚੇ ਦੇਣਾ ਚੁੱਕੇ ਜੀ ਅਸਲਾਮ ਅਲੈਕੁਮ ਉਹ ਜਿੱਥੇ ਵੱਡਾ ਪੁਰਾਣਾ ਪਾਕ ਹੈ ਯਾਦਗਾਰ ਕਿੰਡਾ ਲਗਲੇ ਚੋਂ ਹਮਾਰੇ ਚੋਂ ਬੱਚੇ ਚੁੱਕਦਾ ਹਰ ਚੀਜ਼ ਮੰਨਣ ਦੇ ਸਹੀ ਹੈ ਇਹ ਵੀਡੀਓ ਸ਼ੇਅਰ ਕਰੋ ਤੇ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਪੂਣਾ ਘੰਟਾ ਤਕਰੀਬਨ ਹੋ ਗਿਆ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਕੋਈ ਬੰਦਾ ਬਸ਼ਰ ਨਹੀਂ ਆਂਦਾ ਪਿਆ ਤੇ ਇਹਦਾ ਇਲਾਜ ਜਿਹੜਾ ਨਾ ਹੋਣਾ ਚਾਹੀਦਾ ਇੰਜ ਦੇ ਬੰਦੇ ਨੂੰ ਜਿਹੜਾ ਨਾ ਮੈਂ ਰਾਣਾ ਗੁਲਫਾਮ ਗੁਜਰਾਲੇ ਤੋਂ ਬੋਲਣਾ ਪਿਆ ਠੀਕ ਹੈ ਇਹ ਬੰਦੇ ਦਾ ਇੰਜ ਦਾ ਇਲਾਜ ਹੋਣਾ ਚਾਹੀਦਾ ਕਿ ਇਹਨਾਂ ਦੇ ਦਿਲ ਗੁਰਦੇ ਕੱਟ ਕੇ ਤੇ ਵੇਚ ਤੇ ਜਾਣ ਇਹ ਜਿਹੜੇ ਬੱਚੇ ਮਾਸੂਮ ਬੱਚਿਆਂ ਦੇ ਨਾਲ ਚੱਲ ਬਸ।